ਗੁਰਪੂਰਾ ਪੇਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰ ਆਗੇ ਸੁਖ ਪਾਚੇ ਸੁਖ ਸਹਿਜਾ ਕਰ ਆਨੰਦ ਹਮਾਰੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜਿਤਨੀਆਂ ਵੀ ਸੰਗਤਾਂ ਆਪਾਂ ਸਾਰੇ ਬੈਠੇ ਹਾਂ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਇੱਕ ਵਾਰੀ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੂਰਾ ਭੇਟ ਭੇਟਿਓ ਵਡਭਾਗੀ ਵੱਡੇ ਭਾਗਾਂ ਵਾਲੇ ਨੂੰ ਗੁਰੂ ਮਿਲਦਾ ਹੈ ਪੂਰਾ ਗੁਰੂ ਆਪਾਂ ਨੂੰ ਵੀ ਭੁਲੇਖਾ ਹੋਣਾ ਕਿ ਸਾਨੂੰ ਵੀ ਪੂਰਾ ਗੁਰੂ ਮਿਲ ਗਿਆ ਭੁਲੇਖਾ ਹੈ ਇਸ ਤੋਂ ਭਾਵ ਹੈ ਕਿ ਗੁਰੂ ਤੇ ਮਿਲ ਗਿਆ ਅਸੀਂ ਨੀ ਗੁਰੂ ਨੂੰ ਮਿਲੇ ਗੁਰੂ ਤੇ ਪੂਰਾ ਜੇ ਪੂਰਾ ਗੁਰੂ ਹੁੰਦਾ ਤੇ ਅਧੂਰਾ ਗੁਰੂ ਵੀ ਹੋ ਸਕਦਾ ਹੈ ਤੇ ਜੇਕਰ ਅਧੂਰਾ ਗੁਰੂ ਤੇ ਪੂਰਾ ਹੈਗਾ ਸਿੱਖ ਅਧੂਰਾ ਹੈ ਤੇ ਫਿਰ ਗੁਰੂ ਭਾਵੇਂ ਪੂਰਾ ਅਜੇ ਗੁਰੂ ਨੂੰ ਸਿੱਖ ਅਜੇ ਮਿਲਿਆ ਨਹੀਂ ਅਜੇ ਅਸੀਂ ਵੱਡੇ ਭਾਗਾਂ ਵਾਲੇ ਹੋਏ ਨਹੀਂ ਗੁਰਪੂਰਾ ਭੇਟਿਓ ਵਡਭਾਗੀ ਬਹੁਤ ਸਾਰੇ ਸਾਡੇ ਚੋਂ ਐਸੇ ਹਨ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਨੇ ਆਖਦੇ ਇਹ ਨੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਕੀ ਕਹਾਂਗੇ ਵੀ ਸਾਨੂੰ ਗੁਰੂ ਮਿਲ ਗਿਆ ਗੁਰਪੂਰਾ ਭੇਟਿਓ ਵਡਭਾਗੀ ਕੁਛ ਐਸੇ ਹਨ ਜਿਨ੍ਹਾਂ ਨੇ ਕੇਸ ਰੱਖ ਲਏ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਿੱਤੀ ਪੰਜਾਂ ਕਕਾਰਾਂ ਦੇ ਧਾਰਨੀ ਨਹੀਂ ਹੋਏ ਖੰਡੇ ਬਾਟੇ ਦੀ ਪੌਲ ਪ੍ਰਾਪਤ ਨਹੀਂ ਕੀਤੀ ਤੇ ਗੁਰੂ ਜੀ ਦਾ ਹੁਕਮ ਹੈ ਪਿਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ ਸਰਦਾਰ ਹਾਂ ਸਿੱਖ ਖਾਨਦਾਨ ਚ ਪੈਦਾ ਹੋਏ ਆਖਦੇ ਹਾਂ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਸਾਨੂੰ ਗੁਰੂ ਮਿਲ ਗਿਆ ਨਹੀਂ ਅਜੇ ਗੁਰੂ ਨਹੀਂ ਮਿਲਿਆ ਐਸੇ ਵੀ ਹਾਂ ਜਿਹੜੇ ਅਸੀਂ ਪੰਜ ਕਕਾਰਾਂ ਦੇ ਧਾਰਨੀ ਵੀ ਹੋ ਗਏ ਗੁਰਬਾਣੀ ਨਹੀਂ ਪੜ੍ਹਦੇ ਆਪਾਂ ਜਿਤਨੇ ਬੈਠੇ ਹਨ ਜ਼ਰੂਰੀ ਨਹੀਂ ਹੈ ਕਿ ਸਾਰੇ ਗੁਰਬਾਣੀ ਪੜ੍ਹਦੇ ਹੋਏ ਜ਼ਰੂਰੀ ਨਹੀਂ ਹੈ ਬਹੁਤ ਸਾਰੇ ਐਸੇ ਹੋਣਗੇ ਪੜ੍ਹੇ ਲਿਖੇ ਵੀ ਹੋਣਗੇ ਗੁਰਬਾਣੀ ਨਹੀਂ ਪੜ੍ਹਦੇ ਸਿੱਖ ਕਹਾਉਂਦੇ ਹਨ ਯਾਦ ਰੱਖਣਾ ਜੀ ਗੁਰੂ ਜੀ ਦਾ ਬਚਨ ਰਹਿਤਨਾਮੇ ਵਿੱਚ ਬਿਨ ਜਪ ਜੀਵੈ ਜੋ ਪ੍ਰਸਾਦ ਸਿੱਖ ਨਹੀਂ ਉਹ ਆਦ ਜੁਗਾਦ ਤੂੰ ਧੱਕੇ ਨਾ ਕਹਾਈ ਚੱਲ ਕੇ ਮੈਂ ਇਸ ਹਲਕੇ ਦਾ MLA ਆ ਸਰਕਾਰ ਦੀ ਡਾਇਰੀ ਵਿੱਚ ਤੂੰ MLA ਨਹੀਂ ਝੂਠ ਬੋਲਦਾ ਕਹੀ ਚੱਲ ਮੈਂ ਸਰਪੰਚ ਆ ਕਹੀ ਚੱਲ ਮੈਂ ਸਿੱਖ ਆ ਕਹੀ ਚੱਲ ਮੈਂ ਧਰਮ ਵਾਲਾ ਰੱਬ ਜੀ ਦੀ ਗੁਰੂ ਜੀ ਦੀ ਡਾਇਰੀ ਚ ਨਹੀਂ ਜਪ ਜੀ ਨਹੀਂ ਪੜਦਾ ਬਿਨ ਜਪ ਜੀਵੇ ਜੋ ਪ੍ਰਸਾਦ ਸਿੱਖ ਨਹੀਂ ਉਹ ਆਦ ਜੁਗਾਦ ਗੁਰਪੂਰਾ ਭੇਟਿਓ ਵਡਭਾਗੀ ਮੈਂ ਇੱਕ ਬੇਨਤੀ ਕਰਦਾ ਜੀ ਜਿਤਨੇ ਬੈਠੇ ਹੋ ਮਾਈ ਭਾਈ ਸਾਰੇ ਇੱਕ ਮਿੰਟ ਲਈ ਬੇਨਤੀ ਧਿਆਨ ਦਿਓ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਦਾ ਪ੍ਰਣ ਇਹ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਿਨ ਵਿੱਚ ਇੱਕ ਵਾਰੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਬਸ ਭੈਣੋ ਮਾਤਾਓ ਕੋਈ ਗੱਲ ਨਹੀਂ ਜੇ ਸਵੇਰੇ ਸਵਖਤੇ ਉੱਠ ਕੇ ਨਹੀਂ ਆ ਸਕਦੇ ਦਿਨ ਸਮੇਂ ਚਲੇ ਜਾਓ ਦੁਪਹਿਰ ਨੂੰ ਸ਼ਾਮ ਨੂੰ ਭਾਈ ਬਜ਼ੁਰਗੋ ਬੱਚਿਓ ਜੇ ਸਕੂਲ ਤੋਂ ਲੇਟ ਹੋ ਜਾਂਦੇ ਹੋ ਕੋਈ ਗੱਲ ਨਹੀਂ
दिन समय चले जाओ, शाम नूं चले जाओ। जिंदगी दा इक प्रण होवे के एक वारी गुरु साहिब जी नूं नमस्कार करन जाना ही जाना। इहदे नाल इक होर भी बेनती करदा, चाहे कोई पहली क्लास का विद्यार्थी होवे ते चाहे गुरु नानक दे घर विच डबल एम ए का विद्यार्थी होवे, उन्हूं एक गल कहनी बनती है, पता कहड़ी? रोज गुरु साहब के सामने बैठ के बेनती करनी है, सच्चे पातशाह मैं बेअकल हाँ, मैं समझ हाँ, मैनू कोई बहुती सियाणप नहीं मेरे को, भावे कोई वड्डे तो वड्डा ब्रह्म ज्ञानी होवे, उन्हूं भी इत्थे आके यही कहना चाहिए, यही कहना पैना कि सतगुरु मैं बेअकल हाँ, मैं समझ हाँ, मेरी कोई समझ बहुती नहीं। हर एक लिए बेनती कर रहे हैं, आपां सारे हर एक पहली गल ते नमस्कार करन दा सुभाव पक्का, ते दूजी गल आके सतगुरु के सामने बह जाना ते अरदास करनी, सतगुरु मैं बेअकल हाँ, मैं समझ हाँ, मेरे ते कृपा कर दिओ, जैसा तुसी चाहुंदे हो उदां दा बन जा मैं। ते तीजी गल खास करके जेडे पढ़े लिखे भैणा भाई बुजुर्ग बच्चे भाई ज्यादा नहीं ते जपजी साहिब पढ़न दा सुभाव ते बनाओ। सोचो जरा चंडीगढ़ नूं जाना है, इत्थों कहिंदा 500 रुपया ते दिओ मैनूं, घट तो घट 1000 रुपया ते होवे कोल, 500 रुपया 1000 रुपया ते मेरे हाथ च होवे तां ही चंडीगढ़ जाऊं। ऐ क्यों नहीं कदे सोचिया भी मैं जीवन का सफर करना सारा दिन, अज संसार थां थां ते दुर्घटनावां वापरदियां ने, विकारां दियां होर बहुत सारियां, ते केड़ी केड़ी पूंजी दे नाल मेथों बचा हो सकदा है? अखां ने गलत पासे तुरना है, कन्ना ने गलत गल्लां सुननियां ने, जीव ने गलत बोलना है, पता नहीं कित्थे की वापर जाना है। जिवें कहिंदे आ ना कि पैसा कोल होवे कम आएगा, किते लोड़ पै सकदी है, इदां ये भी ते कदे कदे सोचिया करना कि मैं अज दिन ते चढ़ गया, 8 बज गए, 9 बज गए, 10 बज गए, जपजी साहिब अजे पढ़िया ही नहीं, ये फिक्र क्यों नहीं करता कदे? ये भी तो फिक्र करिया कर। मैं दोबारा बेनती कर रहा जी, सारिआं नूं हथ जोड़ के बेनती करदा, गुरुद्वारे हर रोज जाण दा पक्का सुभाव बनाओ, पक्का सुभाव। जो मर्जी रह जाए माताओ भैणो, जो मर्जी रह जाए, श्री गुरु ग्रंथ साहिब सच्चे पातशाह दे चरणां च मत्था टेकना पक्का ही सुभाव होवे हर एक दा, घट तो घट इन्हां ते होवे। फिर गुरु जी दे चरणां च आके आ तरला भी करना है कि मैं बेसमझ हाँ, मैं बेअकल हाँ, सतगुरु मेरे ते कृपा करो, मैनू वो समझ दे दिओ जिहो जी तुसीं चाहुंदे हो। ते तीजा जिहड़े पढ़े लिखे हन, घट तो घट जपजी साहिब दा पाठ हर एक सिख करे, हर एक करे। हर कीरत हमरी रहरास, हरी दी कीरती मेरी असल पूंजी है, असल धन है परमेश्वर दी पूंजी। गल शुरू कीती सी गुरपूरा भेटियो वडभागी, गुरुद्वारे कदे गया नहीं कहिंदा मैनूं पूरा गुरु मिल गया, श्री गुरु ग्रंथ साहिब ते पूरे है ही है नहीं, मैं ते अधूरा। केस रखे नहीं कहिंदा खानदानी सिखां, दादा मेरा सिख सी, पिता सिख सी, सारे सिख ने, मैं भी सिखी हाँ। चलो जे केस रख ले, दस्तार बन ली, कहिंदा मैं केसां धारी हाँ, गुरु जी दे कहिंदे प्रथम रहत इह जान खंडे की पहुल छके। सतगुरु अमरदास जी दे बचन ध्यान चेता रख्या कर, सो सिख सखा बंद पै भाई, जे गुर के भाणे विच आवे अपने भाणे जो चले भाई, विछड़ चोटा खावे। तेरे कहण ना तू सिख नहीं बनना, जदों गुरु जी ने मोर लाई उदों सिख बनना है। ते भागां वाले वह भी सिख हन जिहड़े बाणी पढ़न लग पए आ, हैगे ने बाणी पढ़न वाले भी बहुत, पर बाणी पढ़नी ही काफी नहीं। की कदे गुरबाणी दा कोई बचन जिंदगी च कमाया? गुरबाणी दा कोई बचन मैं अजे कमाया नहीं। ते सच्ची गल ए है, कौड़ा जिहा सच है कि बचन गुरबाणी दा मैं कमाया कोई नहीं, ते मैनू पूरा गुरु किवें मिल गया? मैं ते अजे गुरु तो दूर है। जे एदां भी गुरु वाले बन गए होंदे ते फिर सतगुरु नूं इह ना कहना पैंदा, साचा सतगुर क्या करे ज्यों सिखां मैं चूक।
ਉੱਥੇ ਤੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹੀ ਰਹਿੰਦੇ ਸੀ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹੀ ਮਹਾਦੇਵ ਰਹਿੰਦੇ ਸੀ, ਨਹੀਂ ਖੁਸ਼ੀ ਲੈ ਸਕੇ। ਸ਼੍ਰੀ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਸੀ ਬਾਬਾ ਮੋਹਣ, ਨਹੀਂ ਖੁਸ਼ੀ ਲੈ ਸਕੇ। ਬਾਬਾ ਦਾਤੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹੀ ਸਾਹਿਬਜ਼ਾਦੇ ਸਨ, ਨਹੀਂ ਖੁਸ਼ੀ ਲੈ ਸਕੇ। ਜੇ ਗੁਰੂ ਕੇ ਪੁੱਤਰ ਗੁਰੂ ਦੇ ਪਾਸ ਰਹਿੰਦੇ ਹੋਏ ਵੀ ਗੁਰੂ ਦੇ ਦਾਇਰੇ ਵਿੱਚ ਨਹੀਂ ਆਏ ਤੇ ਉਹ ਖਾਰਜੀ ਹਨ। ਇਹ ਨਾ ਕਿਹਾ ਕਰੋ ਕਿ ਰਾਮ ਰਾਏ ਖਾਰਜ ਹੋ ਗਏ। ਪੰਕਤੀ ਗਲਤ ਪੜੀ ਸੀ ਗੁਰਬਾਣੀ ਦੀ। ਮੈਂ ਕਿਤਨੀਆਂ ਪੰਕਤੀਆਂ ਗੁਰਬਾਣੀ ਦੇ ਗਲਤ ਪੜੀਆਂ। ਕਦੇ ਕਦੇ ਆਪਣੇ ਆਪ ਨੂੰ ਵੀ ਦੇਖ ਲਈਏ, ਜੇ ਰਾਮ ਰਾਏ ਖਾਰਜ ਹੈ ਤੇ ਮੈਂ ਕਿਹੜਾ ਖਾਰਜ ਨਹੀਂ ਹੋਊਂਗਾ। ਨਜ਼ਰ ਤੇ ਗੁਰੂ ਜੀ ਨਾਲ ਵੇਖਣਾ, ਗੁਰੂ ਜੀ ਦੀ ਨਜ਼ਰ ਨਾਲ ਵੇਖਣਾ। ਗੁਰਪੂਰਾ ਭੇਟਿਓ ਵਡਭਾਗੀ। ਜੇ ਵੱਡੇ ਭਾਗਾਂ ਨਾਲ ਗੁਰੂ ਦੀ ਗੱਲ ਨਾਲ ਗੱਲ ਮਿਲ ਗਈ, ਗੁਰੂ ਦੀ ਸੋਚ ਨਾਲ ਸੋਚ ਮਿਲ ਗਈ, ਫਿਰ ਮਨਹਿ ਭਇਆ ਪ੍ਰਗਾਸਾ। ਮਨ 'ਚ ਪ੍ਰਕਾਸ਼ ਤਾਂ ਹੋਣਾ ਜੇ ਗੁਰੂ ਦੀ ਸੋਚ ਮੇਰੀ ਸੋਚ ਬਣ ਗਈ। ਜਿੰਨਾ ਚਿਰ ਗੁਰੂ ਦੀ ਸੋਚ ਮੇਰੀ ਸੋਚ ਨਹੀਂ ਬਣੀ, ਉਹਨਾਂ ਚਿਰ ਪੂਰਾ ਗੁਰੂ ਨਹੀਂ ਮਿਲਿਆ ਤੇ ਵੱਡੇ ਭਾਗਾਂ ਵਾਲਾ ਜੇ ਮੈਂ ਬਣਿਆ ਨਹੀਂ। ਹੁਣ ਸਤਿਗੁਰੂ ਜੀ ਤੇ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਂ ਸਾਰਿਆਂ ਤੋਂ ਮਾੜਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨੇ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਕਬੀਰ ਸਾਹਿਬ ਕਹਿੰਦੇ, ਉਹ ਮੇਰਾ ਮਿੱਤਰ ਹੈ ਜਿਹੜਾ ਆਪਣੇ ਔਗੁਣ ਵੇਖੇ, ਆਪਣੇ ਔਗੁਣ, ਦੂਜੇ ਦੇ ਗੁਣ ਦੇਖੇ। ਤੇ ਚੇਤਾ ਰੱਖਿਓ, ਜਿੰਨੇ ਅਸੀਂ ਕਿਸੇ ਦੇ ਔਗੁਣ ਇਕੱਠੇ ਕਰੀ ਦੇਖੀ ਜਾਵਾਂਗੇ ਨਾ, ਅਸੀਂ ਔਗੁਣਾਂ ਨਾਲ ਭਰਦੇ ਜਾਵਾਂਗੇ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਔਗੁਣ ਵੇਖ ਵੇਖ ਕੇ ਮੈਂ ਗੁਣਾਂ ਵਾਲਾ ਬਣ ਜਾਊਂ, ਇਹ ਨਹੀਂ ਹੋ ਸਕਦਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਗਿਆਸੂ ਦੇ ਅੰਦਰ ਦੋ ਚੀਜ਼ਾਂ, ਜਗਿਆਸੂ ਦੇ ਅੰਦਰ ਸ਼ਰਧਾ ਭਾਵਨਾ ਤੇ ਗਿਆਨ, ਦੋਨਾਂ ਗੱਲਾਂ ਦੀ ਲੋੜ ਹੈ। ਜਗਿਆਸੂ ਚਾਹੇ ਈਸਾਈ ਮਤ ਦਾ ਹੋਵੇ, ਚਾਹੇ ਹਿੰਦੂ ਮਤ ਦਾ ਹੋਵੇ, ਚਾਹੇ ਸਿੱਖ ਮਤ ਦਾ ਹੋਵੇ, ਚਾਹੇ ਕਿਸੇ ਸੰਪਰਦਾ ਦਾ ਹੋਵੇ, ਮੈਨੂੰ ਇਸ ਦਾ ਕੋਈ ਲੈਣਾ ਦੇਣਾ ਨਹੀਂ। ਜਗਿਆਸੂ ਧਰਮ ਵਾਲਾ, ਉਹਦੇ ਅੰਦਰ ਦੋ ਚੀਜ਼ਾਂ ਦੀ ਲੋੜ ਹੈ, ਉਹ ਗਿਆਨ ਵੀ ਸਮਝਦਾ ਹੋਵੇ ਤੇ ਉਹ ਭਾਵਨਾ। ਕਿਤੇ ਭਾਵਨਾ 'ਚ ਇੰਨਾ ਨਾ ਖੁੱਭ ਜਾਏ, ਭਾਵਨਾ 'ਚ ਇੰਨਾ ਨਾ ਖੁੱਭ ਜਾਏ, ਭੁੱਲੀ ਜਾਏ, ਗਿਆਨ ਵਾਲਾ ਪੱਖ ਹੀ ਕਿਸੇ ਪਾਸੇ ਲੰਘ ਜਾਏ ਤੇ ਐਸਾ ਗਿਆਨੀ ਵੀ ਨਾ ਹੋ ਜਾਏ ਕਿ ਭਾਵਨਾ ਭੁੱਲੀ ਜਾਵੇ ਕਿਸੇ ਪਾਸੇ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਫਿਰ ਜਿਹਦੇ ਪੂਰਾ ਗੁਰੂ ਮਿਲ ਗਿਆ, ਉਹਦੇ ਅੰਦਰ ਪ੍ਰਗਾਸ਼ ਚਾਨਣ ਹੋ ਗਿਆ, ਫਿਰ ਉਹ ਕੋਈ ਨਾ ਪਹੁੰਚਣ ਹਾਰਾ ਦੂਜਾ। ਉਹ ਫਿਰ ਗੁਰੂ ਨੇ ਉਹਨੂੰ ਕਿੱਥੇ ਜੋੜ ਦਿੱਤਾ? ਕੋਈ ਨਾ ਪਹੁੰਚਣ ਹਾਰਾ ਦੂਜਾ, ਵਾਹਿਗੁਰੂ ਪਰਮੇਸ਼ਰ ਨਾਲ ਜੋੜ ਦਿੱਤਾ ਆਪਣੇ ਸਾਹਿਬ ਦਾ ਪਰਵਾਸਾ। ਸਾਹਿਬ ਦਾ ਪਰਵਾਸਾ ਅੰਦਰ ਪੈਦਾ ਹੋ ਗਿਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਂਝ ਬਣ ਗਈ। ਤੇ ਜਿਸ ਦੀ ਸਾਂਝ ਬਣ ਗਈ, ਫਿਰ ਵੱਡਾ ਹੋ ਗਿਆ, ਉਹ ਬਹੁਤ ਵੱਡਾ ਹੋ ਗਿਆ। ਅੰਦਰ ਬੈਠੇ ਹੁਣੇ ਗੱਲ ਕਰਦੇ ਸੀ ਭਾਈ ਚਰਨਜੀਤ ਸਿੰਘ ਜੀ ਸਾਰੇ ਆਪਾਂ, ਅੱਜ ਦਾ ਦਿਨ ਦੇ ਦੋ ਨਕਸ਼ੇ ਮੇਰੇ ਸਾਹਮਣੇ ਨੇ, ਸ਼ਾਇਦ ਤੁਹਾਨੂੰ ਨਾ ਯਾਦ ਹੋਵੇ। ਇੱਕ ਤੇ 2 ਸਾਲ ਪਹਿਲਾਂ ਬੀਤਿਆ ਸੀ, ਅੱਜ ਦਾ ਹੀ ਉਹ ਕਾਲਾ ਦਿਨ ਸੀ ਇਤਿਹਾਸ ਦਾ, ਜਿੱਦਣ ਬਿਨਾਂ ਮੰਗਿਆਂ ਮਾਫੀ ਦਿੱਤੀ। ਅੱਜ ਦਾ 24 ਸਤੰਬਰ ਦਾ ਦਿਨ ਸੀ। ਖੈਰ ਮੈਂ ਇਹਦੇ ਬਾਰੇ ਚਰਚਾ ਨਹੀਂ ਕਰਦਾ, ਮੈਂ ਜੋ ਬੇਨਤੀ ਕਰਨੀ ਉਹ ਇਹ ਹੈ ਵੀ 24 ਸਤੰਬਰ 1534 ਨੂੰ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ, ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ। ਅਸਲ ਵਿੱਚ ਡੇਟ ਆ ਹੈ ਗ੍ਰੰਥਾਂ ਮੁਤਾਬਕ, ਕਿਸੇ ਗ੍ਰੰਥ ਨੂੰ ਪੜ੍ਹ ਲਓ, ਅਸਲ ਡੇਟ ਸ਼੍ਰੀ ਗੁਰੂ ਰਾਮਦਾਸ ਜੀ ਦੇ। ਚਲੋ ਇਹ ਨਹੀਂ, ਮੈਂ ਇਸ ਝਗੜੇ 'ਚ ਨਹੀਂ ਪੈਂਦਾ ਕੌਣ ਕਦੋਂ ਮਨਾ ਰਿਹਾ, ਮਰਜ਼ੀ ਜਦੋਂ ਮਰਜ਼ੀ ਮਨਾਓ, ਮਨਾ ਲਓ ਜਿਵੇਂ ਮਰਜ਼ੀ ਕਰੋ, ਪਰ ਜੋ ਲਿਖਤੀ ਗ੍ਰੰਥਾਂ ਦੀ ਡੇਟ ਹੈ ਉਹ 24 ਸਤੰਬਰ ਹੈ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਠਾਕੁਰ ਹਰਦਾਸ ਜੀ ਦੇ ਘਰ ਵਿੱਚ ਬਾਬਾ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ।
ਗੁਰਪੂਰਾ ਭੇਟਿਓ ਵਡਭਾਗੀ। ਜੇਠਾ ਨਾਮ ਕਹਿੰਦੇ ਸੀ ਵੱਡਾ ਪੁੱਤਰ ਹੋਣ ਕਰਕੇ ਨਾਮ ਉਹਨਾਂ ਦਾ ਰਾਮਦਾਸ ਜੀ ਹੀ ਸੀ। ਰਾਮਦਾਸ ਹੀ ਨਾਮ ਸੀ, ਜੇਠਾ ਨਾਮ ਨਹੀਂ। ਜੇਠਾ ਨਾਮ ਤੇ ਵੱਡਾ ਪੁੱਤਰ ਹੋਣ ਕਰਕੇ ਪ੍ਰਚਲਿਤ ਹੋ ਗਿਆ। ਤੇ ਰਾਮਦਾਸ ਜੀ ਦੀ ਇੱਕ ਭੈਣ ਸੀ ਰਾਮਦਾਸੀ, ਔਰ ਰਾਮਦਾਸ ਜੀ ਦਾ ਇੱਕ ਭਰਾ ਸੀ ਹਰਦਿਆਲ ਜੀ। ਤਿੰਨ ਭੈਣ ਭਰਾ ਸਨ। ਚੂਨਾ ਮੰਡੀ ਲਾਹੌਰ ਵਿੱਚ ਪ੍ਰਕਾਸ਼ ਹੋਇਆ, ਜਨਮ ਹੋਇਆ। ਮਾਤਾ ਪਿਤਾ ਛੋਟੀ ਉਮਰਾਂ ਦੇ ਵਿੱਚ ਹੀ ਸਰੀਰ ਛੱਡ ਗਏ। ਠਾਕੁਰ ਹਰਦਾਸ ਜੀ ਮਾਤਾ ਜੀ ਛੋਟੀ ਉਮਰਾਂ 'ਚ ਸਰੀਰ ਛੱਡ ਗਏ। ਇੱਕ ਬੜੀ ਪਿਆਰੀ ਘਟਨਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 1539 ਨੂੰ ਸੱਚਖੰਡ ਜਾਂਦੇ ਨੇ ਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ 1479 ਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ 1504 ਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਦਾ ਹੈ। ਐ ਲੈ ਲਓ ਪਿਆਰੀ ਜੀ ਬਾਤ ਆ ਵੀ ਚਾਰ ਜਾਮੇ ਗੁਰੂ ਜੀ ਦੇ ਇੱਕ ਸਮੇਂ ਵਿੱਚ ਹਾਜ਼ਰ ਸਨ। 1539 ਚ ਗੁਰੂ ਨਾਨਕ ਸਾਹਿਬ ਸਰੀਰ ਸੱਚਖੰਡ ਜਾਂਦੇ ਨੇ। ਉਸ ਸਮੇਂ ਭਾਈ ਲਹਿਣਾ ਜੀ ਤੇ ਹੈ ਹੀ ਸਨ, ਬਾਬਾ ਅਮਰਦਾਸ ਜੀ ਵੀ ਸਰੀਰ ਸਨ ਤੇ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਵੀ ਉਸ ਸਮੇਂ ਸਰੀਰ ਕਰਕੇ ਆ ਗਏ ਸਨ। ਇੱਕ ਹੋਰ ਬੇਨਤੀ, ਰਾਮਦਾਸ ਜੀ ਦੇ ਹਰਦਿਆਲ ਜੀ ਦੇ ਰਾਮਦਾਸੀ ਦੇ ਜਿਹੜੇ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਨਾਨੀ ਲਾਹੌਰ ਗਈ ਬੱਚਿਆਂ ਦੀ ਪਾਲਣ ਪੋਸ਼ਣ ਵਾਸਤੇ, ਗੁਜ਼ਾਰਾ ਨਾ ਚੱਲਦਾ ਵੇਖ ਕੇ ਬਾਸਰ ਕੇ ਗਿੱਲਾਂ ਅੰਮ੍ਰਿਤਸਰ ਦੇ ਪਾਸ ਉੱਥੇ ਨਾਨਕੇ ਪਿੰਡ ਲੈ ਕੇ ਆ ਗਈ ਨਾਨੀ ਬੱਚਿਆਂ ਨੂੰ। ਉਸ ਸਮੇਂ ਪਿੰਡ ਦੇ ਸਿਆਣੇ ਬੰਦੇ ਜਿਹੜੇ ਸੀ ਪਤਵੰਤੇ, ਉਹ ਫਿਰ ਪਰਚੌਣੀ ਲਈ ਆਏ ਵੀ ਸਾਡੇ ਧੀ ਜਵਾਈ ਚੜ੍ਹਾਈ ਕਰ ਗਏ ਸੀ ਤੇ ਦੋ ਤਰੇ ਦੋਤੀਆਂ ਆਏ ਨੇ ਤੇ ਚਲੋ ਸਿਰ ਤੇ ਹੱਥ ਰਖਾਓ, ਬਜ਼ੁਰਗਾਂ ਦਾ ਸੁਭਾਅ। ਬੜੀ ਪਿਆਰੀ ਘਟਨਾ ਸਾਹਮਣੇ ਇਤਿਹਾਸ ਦੀ ਕਿ ਬਾਬਾ ਅਮਰਦਾਸ ਜੀ ਮਹਾਰਾਜ ਵੀ ਆਏ। ਉਸ ਸਮੇਂ ਬਾਬਾ ਅਮਰਦਾਸ ਜੀ ਅਜੇ ਵੈਸ਼ਨਵ ਸਨ, ਗੰਗਾ ਦੀ ਯਾਤਰਾ ਤੇ ਜਾਂਦੇ ਸਨ। ਅਜੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਿੱਖ ਵੀ ਨਹੀਂ ਸੀ ਬਣੇ। ਬਾਬਾ ਅਮਰਦਾਸ ਜੀ ਵੀ ਪਰਚਾਉਣੀ ਲਈ ਆਏ, ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਆਏ। ਉਸ ਵੇਲੇ ਇਸ ਘਟਨਾ ਦਾ ਜੇ ਸਮਾਜਿਕ ਪੱਖ ਤੋਂ ਵੇਖੀਏ ਨਾ, ਇਸ ਘਟਨਾ ਦਾ ਕੋਈ ਪਤਾ ਨਹੀਂ ਕਿ ਇਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ 'ਚ ਜਾਣਾ, ਇਹਨਾਂ ਨੇ ਸੇਵਾ ਕਰਕੇ ਮਹਾਨ ਘਾਲਣਾ ਘਾਲ ਕੇ ਫਿਰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵਾ। ਕਿੱਡੀ ਵੱਡੀ ਵਡਿਆਈ! ਇੱਕ ਬਜ਼ੁਰਗ ਬਾਬਾ, ਪਿੰਡ ਦਾ ਬਜ਼ੁਰਗ ਬਾਬਾ ਕੀ ਵੇਖ ਰਹੇ ਆ? ਭੱਟਾ ਨੇ ਗੁਰਬਾਣੀ 'ਚ ਲਿਖਿਆ, ਕਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਿਆਵੈ। ਮੀਂਹ ਦੀਆਂ ਕਣੀਆਂ, ਕਨਹਰ ਬੂੰਦ ਬਸੋ ਰੁਮਾਵਲ, ਧਰਤੀ ਦੀ ਬਨਸਪਤੀ ਕੁਸਮ ਬਸੰਤ, ਬਸੰਤ ਦੇ ਫੁੱਲ ਗਿਣੇ ਨਹੀਂ ਜਾ ਸਕਦੇ। ਰੱਬ ਸੱਸ ਕਿਰਨ, ਰੱਬ ਕਹਿੰਦੇ ਸੂਰਜ ਨੂੰ, ਸੱਸ ਚੰਦਰਮਾ, ਰੱਬ ਸੱਸ ਕਿਰਨ ਉਧਰ ਸਾਗਰ ਕੋ, ਸਾਗਰ ਦਾ ਪੇਟ, ਸਾਗਰ ਦੇ ਵਿੱਚ ਕਿਤਨਾ ਪਾਣੀ ਹੈ। ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਉਹ ਬਜ਼ੁਰਗ ਬਾਬਾ ਜਿਹੜਾ ਭਾਈ ਜੇਠਾ ਜੀ ਰਾਮਦਾਸ ਜੀ ਦੇ ਸਾਹਮਣੇ ਆਸ਼ੀਰਵਾਦ ਦੇ ਰਿਹਾ, ਸਮੇਂ ਦਾ ਪਤਾ ਨਹੀਂ ਕਿ ਇਹ ਜਿਹੜੇ ਆਪਾਂ ਅਰਦਾਸ ਵੇਲੇ ਪੜ੍ਹਦੇ ਹਾਂ ਨਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਉੱਟ, 12 ਵਾਰ ਦੇ ਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਉਸ ਬਜ਼ੁਰਗ ਬਾਬੇ ਨੂੰ ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਬਣਾਇਆ। ਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਿਰ ਗੋਇੰਦਵਾਲ ਸਾਹਿਬ ਮਹਾਰਾਜ ਜੀ ਨੇ ਵਸਾਇਆ। ਉੱਥੇ ਫਿਰ ਭਾਈ ਜੇਠਾ ਭਾਵ ਰਾਮਦਾਸ ਜੀ ਆਏ, ਸੇਵਾਵਾਂ ਕੀਤੀਆਂ, ਬੀਬੀ ਭਾਨੀ ਜੀ ਦੇ ਨਾਲ ਸ਼ਾਦੀ ਹੋਈ।
इस खेड़ का पता नहीं सी। जदों भाई जेठा रामदास जी लाहौर तो आए ने बासर के गिल्ला ते बाबा अमरदास जी सतगुरु बाबा अमरदास जी ते रामदास जी का एक बारी पहला मेल होया है। आ वड्डी खेड़ बारे पता नहीं सी, मैं समय नूं संकोचा। सत्कारयोग भाई साहब जी आए ने, गुरपूरा भेटियो वड भागी, वड्डे भागां दे नाल रामदास जी नूं पूरा गुरु मिल गया, श्री गुरु अमरदास मिल गए। मनहे पया परगासा, कहंदे ने कि रामदास जी घुंगणियां बेचदे सन। एक वारी किसे लोड़वंद कोई लोड़वंद आया, घुंगणियां भुख लगी, इन्नी क बेनती मैं जरूर कर जाना क्योंकि गुरमुख प्यारिया ने यह विद्याला बिरध आश्रम और अनाथ आश्रम भाई हरदीप सिंह उन्होंने आरंभ किया। मैं हरदीप सिंह ना लै रहा जी, अमर सिकण तो बाद उन्हों का नाम हरदीप सिंह रखिया, पहला ना भावें हरमेश सिंह हो, मैं तो लवागा ना जेड़ा अमर छकण तो बाद नाम रखा गया, भाई हरदीप सिंह सरपंच। सिख नूं दसवंध जरूर कढ़ना चाहिए, कढ़दे भी हैं सारे आपां, सिख नूं दसवंध कढ़ना चाहिए पर दसवंध ते कढ़दे हैं पर वर्तन की जाच नहीं सन। दसवंध सारे कढ़दे हैं, वर्तन की जाच नहीं। कोई प्रोग्राम है ते बीबियां भैणां कहंदियां ने होर चीज भावें भुल जी, रमाला जरूर लेके जाई, रमाला जरूर लेके जाई, असीं भी जिद करदे आ रमाला साहब जरूर चढ़ाउणा जी। ते बाबा जी नूं भाई साहब नूं पुछो भी भाई साहब जी रमाले, कहंदे रमाले तां बहुत पए ने, रमाले कई वारी अगन भेट करने पैंदे ने, संस्कार करने पैंदे ने, इन्ने रमाले ने। ते जे तेरे कोल 500 रुपया जां 1000 रुपया है ते ग्रंथी सिंह नूं पुछ लै ना भी बाबा जी किहड़ी चीज की लोड़ है गुरुद्वारे, वह लै आने। थाल की लोड़ है, गिलासां की लोड़ है, किसी दरी की लोड़ है, चंदोए की लोड़ है, जिहड़ी चीज की लोड़ है वह लैके आईए गुरुद्वारे जी, असीं लैके आउणा। ते दसवंध असीं कढ़दे आ गुरु जी वास्ते पर वर्तन दा सानूं ढंग नहीं। इहदे नाल इक होर पक्ष है कि जेकर तेरे कोल 500 रुपया गुरु के दसवंध दा पिया तेरे पास, तू कहना मैं रमाला ही चढ़ाउणा है, ते जे तेरे पास कोई लोड़वंद बीमारी किसी नूं दवाई दी लोड़ है ते दवाई लैके दे दे, तेरा दसवंध गुरु जी तक पहुँच जाएगा। फरीदा खालक खलकम है, सतगुरु ने मनुखता की सेवा नूं पहल दित्ती। पर चेता रखने वाली गल है कि भिखारी ते लोड़वंद विच फर्क है, एक भिखारी है एक लोड़वंद है, असीं ओदी मदद करनी जिथे लोड़वंद है। सो सतगुरु श्री गुरु रामदास सच्चे पातशाह उन्हां दा अज लिखती ग्रंथा मुताबक जो प्रकाश दिहाड़ी की डेट 24 सितंबर 1534 उन्हां बारे बेनती कर रहा सी कि एक बारी उन्हां दे जीवन विच बचा आउंदा कि उन्हां ने किसे ने उन्हां को घुंगणियां मंगियां, उन्हां दे दित्तियां, होर दे दिओ, होर दे दित्तियां, होर दे दित्तियां। कहिंदे उन्हां गुरमुखां ने फिर उन्हां साधुआं ने आखिया तेरे अंदर इतना वड्डा जज्बा है वंडण दा, इतना वड्डा जज्बा तेरे अंदर परमेश्वर जी ने भरिया, असीं अरदास करदे आं कि समा आएगा तेरे लंगरां विचों तेरे भंडारियां चों सैकड़े नहीं हजारां ही लंगर छक छक के जाया करनगे ते तृप्त होया करनगे। सो सतगुरु रामदास सच्चे पातशाह जदों रामदास जी सतगुरु अमरदास सच्चे पातशाह दे चरणां च आए, उन्हां दे कोलों उन्हां ने ओ अकाल पुरख वाहिगुरु जी दे प्यार जुड़न दा राह प्राप्त कीता। पहलां वाली बेनती दोहरा के समाप्ति करदा, केसां असीं केसां धारी हाँ, तो इहदा मतलब ये नहीं कि असीं आखीए भी श्री गुरु ग्रंथ साहिब नूं गुरु धारण कर ले, गुरु साढ़े बन गए। जेकर असीं पंज ककारां दे धारनी हो गए तो जरूरी नहीं कि असीं गुरु वाले बन गए हाँ। गुरु वाले उदों बणांगे जेकर गुरु जी की सोच साडे अंदर आउणी शुरू हो जाएगी। संपूर्ण तो हो ही नहीं सकते, कोई किणका ही हो जाए। मैं निंदिया छड़ी, मैं ईरखा छड़ी, जिस अंदर तात पराई होवे तिसदा कदे ना होवे भला।
सतगुरु रामदास सच्चे पातशाह ही कहंदे ने, सतगुरु जी ही बाणी च कहंदे, पर का बुरा ना राखो चीत, तुमको दुख नहीं भाई मीत। गुरु बाणी दे उपदेश अरदास करिए कि सतगुरु समत बख्शो साडी जिंदगी च, तुहाडा दित्ता होया राह किणका मातरी आ जावे ਤਾਂ ਅਸੀਂ ਕਹਿ ਸਕਦੇ ਹਾਂ ਗੁਰ ਪੂਰਾ ਭੇਟਿਓ ਵੱਡ ਭਾਗੀ ਕਿ ਸਾਨੂੰ ਪੂਰੇ ਗੁਰੂ ਨਾਲ ਭੇਟ ਹੋ ਗਈ। ਗੁਰੂ ਤੇ ਬਿਰਾਜਮਾਨ ਹੈ ਪੂਰਾ, ਅਸੀਂ ਬਹੁਤ ਦੂਰ ਹਾਂ ਜੀ, ਅਜੇ ਬਹੁਤ ਦੂਰ ਹਾਂ ਗੁਰੂ ਤੋਂ। ਸਤਿਗੁਰੂ ਰਹਿਮਤ ਕਰਨ, ਜਦੋਂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਏ, ਸਹੀ ਮਹਿਨਿਆਂ 'ਚ ਗੁਰਮਤ ਪ੍ਰਾਪਤ ਕੀਤੀ, ਗੁਰੂ ਜੀ ਦਾ ਉਪਦੇਸ਼ ਆਪਣੇ ਜੀਵਨ 'ਚ ਲਿਆਂਦਾ ਤੇ ਧੰਨ ਧੰਨ ਰਾਮਦਾਸ ਗੁਰੂ ਬਣ ਗਏ। ਮੇਰਾ ਖਿਆਲ 5000 ਬੰਦਾ ਤੇ ਘੱਟ ਤੋਂ ਘੱਟ ਇੱਕ ਟਾਈਮ ਪ੍ਰਸ਼ਾਦਾ ਉੱਥੇ ਛਕਦਾ ਹੋਣਾ। ਉਹ ਜੇ ਬਾਹਰ ਨਹੀਂ ਆਉਂਦਾ 5000 ਫਿਰ ਤਿਆਰ ਖੜਾ, ਉਹ ਜੇ ਬਾਹਰ ਨਹੀਂ ਆਇਆ 5000 ਫਿਰ ਖੜਾ ਹੈ। ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਖੁਸ਼ੀ ਲੈ ਲਈ, ਉਹ ਮਹਾਨ ਹੋ ਗਏ, ਉਹ ਜੁਗੋ ਜੁਗ ਅਟਲ ਹੋ ਗਏ, ਸਰੀਰ ਕਰਕੇ ਭਾਵੇਂ ਵੀ ਚਲੇ ਗਏ। ਸਤਿਗੁਰੂ ਰਾਮਦਾਸ ਜੀ ਦੀ ਮਹਿਮਾ ਅਗਾਧ ਬੋਧ ਹੈ। ਅੱਜ ਦਾ ਦਿਨ ਜੋ ਇਤਿਹਾਸਕ ਗ੍ਰੰਥਾਂ ਮੁਤਾਬਕ 24 ਸਤੰਬਰ 1534 ਨੂੰ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੋਇਆ ਸੀ। ਸੋ ਆਪਣੇ ਦਸਵੰਦ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਯੁਗਤੀ ਸਮਝੀਏ। ਗੁਰਮੁਖ ਪਿਆਰਿਆਂ ਨੇ, ਭਾਈ ਹਰਦੀਪ ਸਿੰਘ ਹੋਰਾਂ ਨੇ ਜੋ ਇੱਥੇ ਵਿਦਿਆਲਾ ਗੁਰਬਾਣੀ ਦਾ, ਗੁਰਮਤ ਵਿਚਾਰਾਂ ਦਾ ਔਰ ਅਨਾਥ ਆਸ਼ਰਮ ਬਿਰਧ ਆਸ਼ਰਮ ਇਹ ਯਤਨ ਕੀਤਾ ਮਨੁੱਖਤਾ ਦੀ ਸੇਵਾ ਦਾ, ਗੁਰੂ ਕਾ ਸਿਧਾਂਤ ਹੈ ਮਨੁੱਖਤਾ ਦੀ ਸੇਵਾ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਭਾਈ ਹਰਦੀਪ ਸਿੰਘ ਜੀ ਉਹਨਾਂ ਦੀ ਸਾਰੀ ਮੈਨੇਜਮੈਂਟ, ਜਿੰਨੇ ਵੀ ਗੁਰਮੁਖ ਪਿਆਰੇ ਸਾਥ ਦੇ ਰਹੇ ਹਨ, ਇਹੋ ਜਿਹੇ ਕਾਰਜ ਵਿੱਚ ਸਾਥ ਦੇਣਾ ਫਰਜ਼ ਬਣਦਾ। ਸੋ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਇੱਥੇ ਹਾਜ਼ਰੀ ਭਰੀ ਹੈ, ਸਾਰੀਆਂ ਸ਼ਖਸੀਅਤਾਂ ਦਾ ਸਮੁੱਚੇ ਤੌਰ 'ਤੇ ਧੰਨਵਾਦ। ਔਰ ਗੁਰਮੁਖ ਪਿਆਰੇ ਵੀਰ ਪਰਵਾਨਾ ਜੀ ਵੀ ਆਏ ਨੇ ਸਤਿਗੁਰੂ ਰਹਿਮਤ ਕਰਨ, ਇਹਨਾਂ ਵੀ ਗੁਰੂ ਚਰਨਾਂ 'ਚ ਹਾਜ਼ਰੀ ਭਰਨੀ ਹੈ। ਸੋ ਸਤਿਗੁਰੂ ਜੀਆਂ ਦਾ ਕੋਟਾਨ ਕੋਟਾਨ ਸ਼ੁਕਰ ਹੈ, ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਹੋਈਆਂ ਬੇਅੰਤ ਬੇਅੰਤ ਭੁੱਲਾਂ ਸੰਗਤ ਜੀਓ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।